ਉਸ ਸਮੇਂ ਦੇ ਵਿੱਚ ਘੜੀ ਟਿਕ ਟਿਕ ਵੱਧਦੀ ਜਾਂਦੀ ਆ ਤੇਜ ਕਰਨਗੇ ਮਾਲਾ ਉਹ ਕੀ ਪੱਲੇ ਪੱਲੇ ਇੱਕ ਨਿਰਜੇ ਨੇ ਹੱਥ ਪਾਲ ਵੜੇ ਤੇ ਤਪਾਲ ਨੇ ਝੱਟਾ ਕਰੇ ਸੰਗੀ ਸੁੱਖਾ ਕੋ ਮਨਜੂਣਾ ਵੱਲੋਂ ਦੋ ਮੋਟਰਸਾਈਕਲਾਂ ਦੀ ਰਾਸ਼ੀ ਹੈ ਤੇ ਹੁਣ ਜਿਹੜਾ 20,000 ਰੁਪਇਆ ਲੱਗਾ ਜੀਤਾ ਸੰਧੂ ਤਿੰਦਾ ਸੰਧੂ USA ਉੱਥੇ ਕਹਿੰਦੇ ਪ੍ਰਦੀਪ ਸਿੰਘ ਜੀ ਦੀਪਾ ਢੇਸੀ ਤੇ ਬਲਿਹਾਰ ਸਾਡਾ ਭਰਾ USA ਦੇ ਸੁੱਖਾ ਘੁੰਮਣ ਇਹਨਾਂ ਭਰਾਵਾਂ ਵੱਲੋਂ 20,000 ਦੀ ਰਾਸ਼ੀ ਹੈ ਤੇ ਸਰਦਾਰ ਦੀਪਾ UK ਆ ਭਰਾ ਕਹਿੰਦੇ ਇੰਗਲੈਂਡ ਵਿੱਚ ਰਹਿੰਦੇ ਆ ਕਿ ਆਪ ਬਹਿ ਗਿਆ ਵਲੈਤੇ ਵਿੱਚ ਜਾ ਕੇ ਆਪ ਕੱਢਣਾ ਰੁਮਾਲ ਦੇ ਗਿਆ ਕਿ ਆਪ ਬਹਿ ਗਿਆ ਵਲੈਤੇ ਵਿੱਚ ਜਾ ਕੇ ਬੱਗੋ ਭਾਈ ਦਾ ਤੇ ਦੀਪੇ ਭਾਈ ਦਾ UK ਵਾਲੇ ਦਾ ਧੰਨਵਾਦ ਪ੍ਰਧਾਨ ਨਰਿੰਦਰ ਸਿੰਘ ਜੀ ਬੈਠੇ ਆ ਸਾਰੀ ਟਰੱਸਟ ਨੂੰ ਕਹਿੰਦੇ ਜੋੜ ਕੇ ਰੱਖਿਆ ਹੈ ਵੀਰਾਂ ਦਾ ਧੰਨਵਾਦ ਹੈ ਤੇ ਲੈ ਵੀ ਕਰਨ ਦੀ ਨਾ ਥੋੜੇ ਕਦੇ ਨੀ ਰਹਿ ਗਏ ਆ ਗੱਡੀ ਬਲੈਰੋ ਤੇਰੇ ਘਰ ਵੱਲੋਂ ਵੀ ਪੈਣਾ ਨੀ ਹੈ ਆਓ ਕਦੇ ਚੱਕ ਸਾਧੂ ਦੇ ਵੱਡੇ ਮੇਲੇ ਤੇ ਗੋਰੇ ਭਾਜੀ ਆਪਣੇ ਵਿੱਚ ਕਰਨ ਦਿੰਦਾ ਹੈ ਅਵਤਾਰ ਸਿੰਘ ਕੋਲਾ ਖੜਾ ਹੈ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਵੱਡੇ ਪੱਧਰ ਤੇ ਮਾਨ ਸਨਮਾਨ ਨਵੀਂ ਨਿਊ ਗੱਡੀ ਦਿੱਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਲੈ ਵੀ ਕਰਨ ਦੀ ਨਾ ਕਰ ਸਿੱਧ ਪ੍ਰਿਤਪਾਲ ਤੇ ਮਿਰਜੇ ਦੀ ਟੱਕਰ ਦੋਨੇ ਮਾਲਕ ਤੇ ਵੱਡੇ ਨੇ ਐਨ ਸਿਰਾ ਮਾਲਾ ਦੋਨੇ ਫੇਸਬੁੱਕ ਤੇ SIR ਲਿਖ ਕੇ ਪਿੱਛੇ BA ਪਾ ਦੀ ਜਿਹਨੂੰ ਸਿਰਾ ਕਹਿੰਦੀ ਹੈ ਨਾ ਦੁਨੀਆ ਦੇ ਵੱਡੇ ਮਾਲ ਨੇ ਜੇ ਕੁਸ਼ਤੀ ਦਾ ਸਵਾਲ ਆਉਂਦਾ ਇੱਕ ਵਾਰ ਤਾੜੀ ਮਾਰ ਦੋ ਜੋਰਦਾਰ ਇੱਕ ਕਹਿੰਦੇ ਬੁਲਟ ਦਿੱਤਾ ਜਾਣਾ ਇੱਕ CBR ਦਿੱਤਾ ਜਾਣਾ ਤੇ ਇੱਕ ਵਾਰ 20,000 ਜੇਤੂ ਭਲਵਾਨ ਨੂੰ ਦਿੱਤਾ ਜਾਣਾ ਜੇਤੂ ਕਾਰ ਇਹ ਕਿ ਬਾਜੀ ਲੜਕੇ ਜਿੱਤ ਹੁੰਦੀ ਏ ਨਾ ਕਿ ਮਰ ਕੇ ਜਿੱਤ ਹੁੰਦੀ ਏ ਔਰ ਸਿਰ ਧਰਦੀ ਬਾਜੀ ਲੱਗ ਜਾਂਦੀ ਜਦ ਜਿੱਤਣ ਦੀ ਖਿੱਚ ਹੁੰਦੀ ਏ ਇਹੀ ਨਿਜ਼ਮ ਨੇ ਖੇਡ ਮੈਦਾਨਾਂ ਦੇ ਇਹਨਾਂ ਪੰਕੇ ਸ਼ੇਰ ਜਵਾਨਾਂ ਦੇ ਸਾਨਾਂ ਨੂੰ ਪੈਂਦਾ ਪਿੜਗ ਪਿੜਦਾ ਨਹੀਂ ਤੇ ਬਾਜੀ ਜਿੱਤ ਹੁੰਦੀ ਏ ਔਰ ਸਿਰ ਧਰਦੀ ਬਾਜੀ ਲੱਗ ਜਾਂਦੀ ਜਦ ਜਿੱਤਣ ਦੀ ਖਿੱਚ ਹੁੰਦੀ ਏ ਜਿੱਤੂ ਕੌਣ ਸਮਾਂ ਦੱਸੂਗਾ ਕਿਉਂਕਿ ਘੜੀਆਂ ਟਾਈਮ ਦੱਸਦੀਆਂ ਕਦੇ ਹਾਦਸੇ ਨੀ ਔਰ ਟੇਕੀਆਂ ਥੱਲੇ ਗੋਲੇ ਲੱਗਦੇ ਆ ਸੋਨਿਆ ਕਦੇ ਬਾਦਸ਼ਾਹ ਨੀ ਬੇਗੀਆਂ ਥੱਲੇ ਗੋਲੇ ਲੱਗਦੇ ਆ ਮਿੱਤਰਾ ਅੱਜ ਜੀਤਿਆ ਕਦੇ ਬਾਦਸ਼ਾਹ ਨਹੀਂ ਵੀ ਤੋਂ ਕਰੀ ਅਜੇ ਕੁਸ਼ਤੀ ਦਾ ਸਵਾਦ ਆਉਂਦਾ ਭਗਵਾਨਾਂ ਨੂੰ ਪੈਂਦੀ ਆ ਵੀ ਤੁਸੀਂ ਵੀ ਇੱਕ ਵਾਰ ਤਾਪੇਜ ਮਾਰ ਕੇ ਦਿਖਾਓ ਲੋਕ ਕਹਿੰਦੇ ਤੁਹਾਡੇ ਲਈ ਜੁੜੇ ਹੋਏ ਆ ਲੈ ਇੱਕ ਵਾਰ ਤਾਪੇਜ ਵੱਜਣਾ ਜ਼ਰੂਰੀ ਹੈ ਲਓ ਸਾਹਮਣੇ ਹੋ ਗਈ ਬੱਲੇ ਬੱਲੇ ਆ ਪ੍ਰਿਤਪਾਲ ਤੇ ਮਿਰਜਾ ਐਨ ਸਿਰੇ ਦੀ ਟੱਕਰ ਅੱਜ ਕਹਿੰਦੇ ਦੁਨੀਆ ਦਾ ਪ੍ਰਸਿੱਧ ਨਗਰ ਰੁੜਕਾ ਕਲਾ ਜਿਹਦੇ ਵਿੱਚ ਸਿਰੇ ਦੀ ਕੁਸ਼ਤੀ ਇੱਥੇ ਕਾ ਪਹਿਲਵਾਨ ਜੀ ਰੁੜਕਾ ਕਲਾ ਤੇ ਦੂਸਰੇ ਪਾਸੇ ਬੱਲਾ ਪਹਿਲਵਾਨ ਜੀ ਕਾਨਾ ਢੇਸੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਨੇ ਹਰ ਨਗਰ ਦੇ ਵਿੱਚ ਪਿਆਰ ਵੱਡਾ ਰਹਿੰਦਾ ਇਹਨਾਂ ਭਰਾਵਾਂ ਦਾ ਕਿ ਬੁੱਕਾਂ ਪਰ ਪਰ ਬਣਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਲੈਂਜ ਖੜਦੇ ਦੇਖੇ ਨੇ ਉਸ ਮਾਲਕ ਦਾ ਕਿਹੜਾ ਜਾਣੇ ਰੰਗਾਂ ਨੂੰ ਜਿਉਂਦੇ ਡੁੱਬਦੇ ਡੁੱਬੇ ਤਰਦੇ ਦੇਖੇ ਨੇ ਕਹਿੰਦੇ ਸੀ ਵਹਿਮ ਦਾ ਇਲਾਜ ਕੋਈ ਨੀ ਹਰ ਚੌਂਕਾਂ ਦੇ ਵਿੱਚ ਖੋਪੇ ਤਰਦੇ ਦੇਖੇ ਨੇ ਵਕਤ ਵੱਡੇ ਵੱਡੇ ਜੇਤੂ ਹਰਦੇ ਦੇਖੇ ਨੇ ਤਾਰੇ ਦੇਖੇ ਨੇ ਹਰਦੇ ਦੇਖੇ ਨੇ ਆਹ ਗੱਲਾਂ ਟਕਾਰੇ ਰਹੀਆਂ ਕਿਉਂਕਿ ਇਹ ਤੇ ਇਨਸਾਨ ਹੈ ਇਹ ਇਨਸਾਨ ਹੈ ਗੁਰਾ ਜੀ ਸਾਰੀ ਉਮਰ ਇਨਸਾਨ ਤੇ ਮੰਗ ਰਹੀ ਹੈ ਪਰਮਾਤਮਾ ਕੋਲੋਂ ਪਰ ਮੰਗੋ ਸਰਬੰਤ ਦਾ ਭਾੜਾ ਮੰਗੋ ਸਾਡੇ ਖਾਰੇ ਪ੍ਰਿਤਪਾਲ ਤੇ ਟੱਕਰ ਹੋ ਰਹੀ ਕਹਿੰਦੇ ਮਿਰਜੇ ਦੀ ਮਾਮਾ ਜੀ ਕੁਝ ਆਈ ਕਹਿਣ ਬਈ ਇਹ ਛਿੰਜ ਮੇਲਾ ਇਹ ਟੱਕਰ ਜਿੱਥੇ ਧੰਨ ਧੰਨ ਬਾਬਾ ਚਿੰਤਾ ਪਾਲ ਜੀ ਦੀ ਬਹੁਤ ਬੜੀ ਕਿਰਪਾ ਹੈ ਉੱਥੇ ਬਾਪੂ ਅਮਨ ਅਮੀ ਚੰਦ ਜੀ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦੀ ਸਲਾਨਾ ਬਰਸੀ ਦੇ ਆਪਾਂ ਜੁੜੇ ਹਾਂ
ਜਿੰਨੇ ਵੀ ਚਿਹਰੇ ਜੁੜੇ ਇੱਕ ਵਾਰ ਦਰਬਾਰ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ। ਤੁਸੀਂ ਇਸ ਪ੍ਰਸਿੱਧ ਨਗਰ ਚ ਜੁੜੇ ਹੋ, ਇਹ ਮਸਤਾਂ ਦੀ ਨਗਰੀ ਹੈ, ਇਹ ਨਗਰ ਦਾ ਨਾਮ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਤੇ ਮਸਤਾਂ ਦੇ ਕਰਕੇ ਰੋੜਕਾ ਕਲਾ ਦਿਲਾਂ ਦੇ ਵਿੱਚ ਵਸਿਆ ਹੋਇਆ, ਸਤਿਕਾਰ ਕੀਤਾ ਜਾ ਰਿਹਾ ਕਦੀ ਕਦੀ ਸ਼ਖਸੀਅਤ ਹੈ ਪਰਮਜੀਤ ਪੰਮਾ ਜੀ, ਸ਼ਰਦਾ ਜੀ ਹੋਣਾ ਦਾ ਪਰਿਵਾਰ ਹੈ ਜਿਹਨਾਂ ਨੇ ਜਾਣਕਾਰੀ ਦਿੱਤੀ ਵੀ ਇਹ ਸਾਰਾ ਕੁੱਝ ਸਾਡੇ ਚਿੰਤਾ ਭਗਤ ਜੀ ਦਾ ਔਰ ਬਾਪੂ ਅਮਿਤ ਚੰਦ ਜੀ ਦਾ ਦਿੱਤਾ ਹੋਇਆ ਹੈ ਤੇ ਆਪਾਂ ਸਤਿਕਾਰ ਕਰਦੇ ਉਸ ਦਰਬਾਰ ਦੇ ਵੱਲੋਂ। ਸਾਡਾ ਚਿੰਤਾ ਭਗਤ ਜੀ ਤੇ ਬਾਪੂ ਅਮਿਤ ਚੰਦ ਜੀ ਜਿਹਨਾਂ ਦੇ ਅੱਜ ਅਸਥਾਨ ਤੇ ਰੁੜਕਾ ਪਿੰਡ ਦੇ ਵਿੱਚ ਰੜਕਾ ਲੱਗੀਆਂ ਹੋਈਆਂ ਹੈ। ਆਓ ਕਿਤੇ ਦੋ ਮੱਲ ਵਟੇਰੇ ਦੋਨੋਂ ਮੱਲ ਕਿਤੇ ਸੁਪਰ ਸਟਾਰ ਦੇ ਮਸਤਾਂ ਦੀ ਗੱਲ ਹੋਈ ਹੈ ਕਿ ਪਰ ਮਸਤ ਵਾਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਕਿਉਂਕਿ ਲੱਖਾਂ ਵਾਲਾ ਕਹਿੰਦਾ ਮੈਂ ਕਰੋੜਾਂ ਪਾ ਲਵਾਂ, ਅਰਬਾਂ ਵਾਲਾ ਕਹਿੰਦਾ ਆਪਣਾ ਰਾਜ ਚਲਾ ਲਵਾਂ, ਆਖਰ ਨੂੰ ਤਾਂ ਮਿਲੀ ਢਾਈ ਕਿੱਠ ਧਰਤੀ, ਇੱਥੇ ਬੇਈਮਾਨੀਆਂ ਨਾਲ ਤਾਂ ਮਹਿਲ ਖੜੇ ਵੀ ਕਰ ਗਏ ਨੇ, ਆਪਾਂ ਮਸਤ ਵਾਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਗੋਰਿਆਂ ਤੇ ਟੈਂਸ਼ਨ ਲੈ ਲੈ, ਵੱਡੇ ਵੱਡੇ ਰਾਜੇ ਮਰ ਗਏ ਨੇ, ਗੋਰਾ ਫਰਪੋਤਾ ਵੀ ਸਾਡਾ ਜ਼ਿੰਦਗੀ ਦਾ ਮਾਣ ਹੈ। ਲੈ ਵੀ ਪ੍ਰਿਤਪਾਲ ਫਗਵਾਰੇ ਵਾਲਿਆ ਲਾ ਦੇ ਕੋਈ ਤਾਪ ਇੱਥੇ, ਮੁੰਡੇ ਦੇ ਕੋਈ ਪਸੀਨਾ ਭਿੱਜ ਗਏ ਨੇ, ਕਿਉਂਕਿ ਜੋ ਪਾਣੀ ਸੇ ਨਹਾਤੇ ਹੈ ਉਹ ਲਿਬਾਸ ਬਦਲਤੇ ਹੈ, ਜੋ ਪਸੀਨੇ ਸੇ ਨਹਾਤੇ ਹੈ ਉਹ ਇਤਿਹਾਸ ਬਦਲਦੇ ਹੈ। ਤੇ ਅੱਜ ਕਹਿੰਦੇ ਰੁੜਕਾ ਕਲਾਂ ਦਾ ਇਤਿਹਾਸ ਰਚਿਆ ਜਾਣਾ ਵੱਡੇ ਮਾਲਣੋਂ ਤੋਂ, ਜਿਨ੍ਹਾਂ ਦੇ ਦਰਮਿਆਨ ਸਿਰੇ ਦੀ ਟੱਕਰ ਚੱਲ ਰਹੀ ਹੈ ਕਿ ਪਿੰਜਰਾ ਲੱਖ ਹੋਵੇ ਭਾਵੇਂ ਸੋਨੇ ਦਾ, ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ, ਜੁੱਤੀ ਪੈਰਾ ਸਿੰਘ ਦਾ ਸ਼ੇਰ ਮਰ ਜੂ ਭੁੱਖ ਦੁੱਖੋ, ਪਰ ਮਰਦਾ ਮਰਦਾ ਕਦੇ ਘਾਹ ਨਹੀਂ ਖਾ ਸਕਦਾ। ਅੱਜ ਸ਼ੇਰਾਂ ਦੀ ਟੱਕਰ ਹੈ, ਦੁਨੀਆਂ ਦੇ ਵੱਡੇ ਮੱਲ ਹੈ ਕਿ ਹੀਰੇ ਪਰਖੀ ਦੇ ਨਹੀਂ ਕੁਵਾੜੀਆਂ ਤੋਂ, ਜਾਣੇ ਜੂਰੀ ਗੇਮਾਂ ਦੇ ਤੋਲਿਆਂ ਦੀ, ਪਰ ਇਹ ਹੁਣ ਬਹੁਤਾ ਸ਼ੋਰ ਨਹੀਂ ਕਰਦੇ, ਆਵਾਜ਼ ਹੁੰਦੀ ਥੋਥੇ ਛੋਲਿਆਂ ਦੀ, ਸੱਚੀ ਗੱਲ ਸਮਾਂ ਸਮਰੱਥ ਹੁੰਦਾ, ਲਿਪੇ ਬਣਾ ਕੇ ਚੂਣ ਬਣਾਉਲਿਆਂ ਦੀ, ਸੰਧੂ ਘਰਾਂ ਦੇ ਘਰ ਬਰਬਾਦ ਹੋਵਣ, ਆਹ ਮਾੜੀ ਹੁੰਦੀ ਹੈ ਆਦਤ ਖੋਲਿਆਂ ਦੀ। 10 ਮਿੰਟ ਦੇ ਕਰੀਬ ਬਿੱਟੂ ਭਾਜੀ ਟਾਈਮ ਹੋ ਗਿਆ, ਮੱਲਾਂ ਨੂੰ ਬੇਨਤੀ ਆ ਵੀ ਮਾਰੋ ਦਾ ਪਿੰਜ ਟਾਈਮ ਕਰਨੀ ਕਿਹੜਾ 10 ਮਿੰਟ ਹੋਇਆ ਤੇ 10 ਤੋਂ 20 ਹੋਇਆ, 20 ਤੋਂ 30 ਹੋ ਗਿਆ, ਭਲਵਾਨਾਂ ਨੂੰ ਬੇਨਤੀ ਆ ਹੁਣ ਕਰ ਜੇਤੂ ਉਸ ਮੱਲ ਲਈ ਪਹਿਲਾਂ ਤਾੜੀ ਮਾਰ ਦਿਓ, ਜੇ 10 ਮਿੰਟ ਦਾ ਟਾਈਮ ਹੋਇਆ ਐਨ ਦਿੱਤੇ ਹੋਏ ਸਮੇਂ ਦੇ ਵਿੱਚ ਘੜੀ ਟਿਕ ਟਿਕ ਵੱਧਦੀ ਜਾਂਦੀ ਆ। ਸਾਹਮਣੇ ਤਾੜੀ ਜ਼ੋਰਦਾਰ ਵੱਜਣੀ ਚਾਹੀਦੀ ਸਿਰੇ ਦੇ ਮੱਲ ਨੇ, ਦੋਨੇ ਮਿਰਜ਼ਾ ਰਾਣ ਤੇ ਪ੍ਰਿਤਪਾਲ ਫਗਵਾੜ ਦੇ ਦਰਮਿਆਨ ਅੱਜ ਸਿਰੇ ਦੀ ਟੱਕਰ ਦੇ ਦੋਨੇ ਮੱਲ ਫੇਰ ਆਮਣੇ ਸਾਹਮਣੇ ਜੇ ਤੇ ਸਵਾਦ ਆ ਰਿਹਾ, ਬਾਬੇ ਚਿੰਤਾ ਭਗਤ ਦੇ ਸਥਾਨ ਤੇ ਖੜੇ ਹੈ, ਜਦੋਂ ਤਾੜੀ ਮਾਰਦੇ ਇਹਦੇ ਚਰਚੇ ਹੈ। ਆਹ ਕੁਸ਼ਤੀ ਜਿਹੜੀ ਹੈ ਪੂਰੀ ਦੁਨੀਆ ਦੇਖ ਰਹੀ ਹੈ, ਕੋਈ ਕੈਨੇਡਾ ਤੋਂ, ਕੋਈ ਅਮਰੀਕਾ ਤੋਂ, ਕੋਈ ਇੰਗਲੈਂਡ ਤੋਂ, ਪੂਰੇ ਯੂਰਪ ਦੇ ਇੱਥੇ ਆਹ ਕੁਸ਼ਤੀ ਦੇ ਚਰਚੇ ਹੋ ਰਹੇ ਹੈ ਵੀ ਕਿੱਥੇ ਪ੍ਰਿਤਪਾਲ ਤੇ ਮਿਰਜ਼ਾ ਆਰਾਨ ਪੜਦਾ, ਉਹ ਧਰਤੀ ਭਾਗਾਂ ਵਾਲੀ ਕਿਹੜੀ ਹੈ, ਉਹ ਧਰਤੀ ਹੈ ਰੁੜਕਾ ਕਲਾਂ ਦੀ ਹੈ, ਉਹ ਧਰਤੀ ਬਾਬਾ ਅਮਿਤ ਚੰਦ ਜੀ ਦੀ ਹੈ, ਉਹ ਧਰਤੀ ਬਾਬੇ ਚਿੰਤਾ ਭਗਤ ਦੀ ਹੈ, ਜਿੱਥੇ ਅੱਜ ਰੌਣਕਾਂ ਗੱਡੀਆਂ ਲੱਗੀਆਂ ਹੋਈਆਂ। ਹੁਣ ਟੱਕਰ ਦੋਨਾਂ ਮੱਲਾਂ ਦੇ ਦਰਮਿਆਨ ਵੱਡੀ ਟੱਕਰ, ਕਿ ਮਿਹਨਤਾਂ ਨਾਲ ਸੰਧੂਆ ਫੇਮ ਮਿਲਦੇ ਤੁੱਕਿਆਂ ਨਾਲ ਕਦੋਂ ਕੋਈ ਸਟਾਰ ਬਣਦਾ, ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨੀ ਯਾਦ ਕਰੀ ਕਿਰਦਾਰ ਬਣਦਾ, ਕਾਲਜੇ ਦੇ ਪਾਉਂਦੇ ਨੇ ਝਰੀ ਟੱਪਣੇ, ਝਿੜਕੇ ਕੋਈ ਪਕਾਨਾ ਰੋਸਾ ਨੀ ਹੁੰਦਾ, ਖੱਚਰਾਂ ਦੀ ਰੇਸ ਦੀ ਉਮੀਦ ਨੀ ਹੁੰਦੀ ਤੇ ਬੱਦਲਾਂ ਦੀ ਛਾਂ ਦਾ ਭਰੋਸਾ ਨੀ ਹੁੰਦਾ, ਪਰ ਇਧਰਲੇ ਪਾਸੇ ਵੱਡਾ ਯੋਧਾ। ਮੈਂ ਵੀ ਕਰਨ ਦੀ ਨਾ ਬਾਬੇ ਚਿੰਤਕਿਆਂ ਦੇ ਪਰਿਵਾਰ ਦੇ ਵਿੱਚੋ ਸਾਡੇ ਪ੍ਰਧਾਨ ਨਰਿੰਦਰ ਸਿੰਘ ਜੀ ਕੈਨੇਡਾ ਵਾਲੇ ਕਹਿੰਦੇ ਵੀ ਪਹਿਲਾਂ 10 ਫਿਰ 20 ਫਿਰ 30 ਤੇ 5 ਪ੍ਰਧਾਨ ਜੀ ਉਹਨਾਂ ਨੇ ਭੇਜ ਦਿੱਤਾ ਹੈ, 35 ਯਾਰ ਹੋ ਗਿਆ ਦੱਸਦੇ, ਹੁਣ ਤੇ ਤਾੜੀ ਬਣਦੀ ਹੈ, ਹੁਣ ਤੇ ਤਾੜੀ ਬਣਦੀ ਹੈ,
35,000 ਪਲੱਸ 2 ਮੋਟਰਸਾਈਕਲ, ਇੱਕ ਬੁਲਟ, ਇੱਕ ਸੀਵੀਏ ਦੀ ਕੰਪਨੀ ਦਾ। ਲਓ ਇੱਧਰ ਦੇਖਾਂਗੇ, ਲਗੋਟਿਆਂ ਨੂੰ ਹੱਥ ਪਾਇਆ ਹੈ, ਮੈਂ ਐਨ ਕਹਿੰਦੇ ਕੁਰਤੀ ਚੋਟੀ ਦੀ ਹੋ ਰਹੀ ਹੈ ਕਿ ਫੇਕੁਰਿਆਂ ਨੂੰ ਮਿਲਣਾ ਕਾਹਦਾ, ਜੋ ਪਿੱਛੇ ਖਿੱਚਦੇ ਪੱਕੀ ਆਪਣੀ ਅਗਲ ਬਗਾਨੀ ਮਾਇਆ ਹੈ, ਸਭ ਨੂੰ ਲੱਗਦੀ ਵੱਡੀ। ਲਓ ਸਾਹਮਣੇ ਕੁਸ਼ਤੀ ਕਹਿੰਦੇ ਐਨ ਸਿਰਾ ਚੱਲ ਰਹੀ ਹੈ, ਜੀਤਾ ਕਹਿੰਦਾ ਕੁਸ਼ਤੀ ਦਾ ਰਿਜ਼ਲਟ ਦੇਣਾ, ਆਹ ਕੁਸ਼ਤੀ ਨੂੰ ਤੇਜ਼ ਕਰਨਗੇ ਮਲ, ਹੋ ਗਈ ਬੱਲੇ ਬੱਲੇ। ਇੱਕ ਪਾਸੇ ਸਾਹਮਣੇ ਦੇਖਾਂਗੇ ਮਿਰਜ਼ਾ ਰਾਣਾ ਤੇ ਦੂਸਰੇ ਪਾਸੇ ਪ੍ਰਿਤਪਾਲ ਬਲਵੰਤ ਜੀ ਫਗਵਾੜਾ, ਐਨ ਮਰਸੜੀ ਦੇ ਵਾਈਪਰ ਵਾਂਗ ਚੱਲਦੀਆਂ ਬਾਹਾਂ। ਉੱਧਰ ਸਰਦਾਰ ਨਰਿੰਦਰਜੀਤ ਸਿੰਘ ਜੀ ਸੋਰੀ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਵੱਲੋਂ ਕਹਿੰਦੇ 5,000 ਦੀ ਰਾਸ਼ੀ ਪੁੱਜ ਗਈ, ਜੀਤਾ ਸੰਧੂ, ਤਿੰਦਾ ਸੰਧੂ, ਬੱਗੋ ਜੂਕੇ, ਦੀਪਾ ਜੂਕੇ, ਉੱਥੇ ਪ੍ਰਦੀਪ ਸਿੰਘ ਜੀ, ਦੀਪਾ ਢੇਸੀ, ਬਲਿਹਾਰ ਸਿੰਘ ਜੀ USA ਦੇ ਸੁੱਖਾ ਘੁੰਮਣ ਜੀ ਉਹਨਾਂ ਵੱਲੋਂ 30,000 ਤੇ 5,000 ਰੁਪਇਆ ਸਰਦਾਰ ਨਰਿੰਦਰ ਜੀ ਦੇ 35,000 ਦੇਣਾ ਹੈ, 35,000 ਉਹ ਮਿਰਜ਼ੇ ਰਾਣ ਦੇ ਵਾਸਤੇ, ਉਹ ਤਾਰੀ ਮਾਰਦੇ ਪ੍ਰਿਤਪਾਲ ਵੀ ਟਾਪ ਵਿੱਚ ਮਾਰੂਗਾ ਤੇ ਗੱਲਾਂ ਟਕਾਰੇ ਦੀਆਂ। ਪ੍ਰਿਤਪਾਲ ਕਹਿੰਦਾ ਕਿ ਜਦ ਕਹਿੰਦੇ ਲੋਕਾਂ ਨੂੰ ਆਹ ਗੱਭਰੂ ਹਿੱਕ ਤੜ ਗਿਆ ਏ, ਗੋਰਿਆ ਰੌਲਾ ਤਾਂ ਪਹਿਲਾਂ ਸੀ, ਮਸਲਾ ਬਣ ਗਿਆ ਏ। ਤੇ ਐਨ ਕਹਿੰਦੇ ਸਿਰੇ ਦੀ ਕੁਸ਼ਤੀ, ਦੋਨੇ ਮੱਲ ਐਨ ਕਹਿੰਦੇ ਵੱਡੇ ਆ ਕਿ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ, ਮੋਮਬੱਤੀ ਦੇ ਕੜਾਹੇ ਕਦੇ ਰਿਝਦੇ ਨਹੀਂ ਹੁੰਦੇ ਤੇ ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ, ਸੂਰਜ ਕਣੀਆਂ ਦੇ ਨਾਲ ਭਿੱਜਦੇ ਨਹੀਂ ਹੁੰਦੇ, ਦੁਨੀਆਂ ਦੇ ਵੱਡੇ ਮੱਲ। ਤੇ 15 ਹੋਰ ਪਾ ਕੇ ਕਹਿੰਦੇ ਪੂਰਾ 20,000 ਕਿ 25-25 ਪਿਆ ਸਾਤੋ ਉੱਪਰ ਦਿਖਾ, ਜੀਤੇ ਹੋਣੀ ਕਹਿੰਦੇ ਕੋਈ ਸਾਤੋ ਤਹਾ ਦਿਖਾ, ਆਹ 25-25 ਪਿਆ। ਉਦੋਂ ਸਾਰੀ ਸੰਗਤ ਆਪਣੇ ਆਪਣੇ ਨਾਮ ਦੀ ਜਿਹਨਾਂ ਦਾ 1-1 ਰੁਪਇਆ ਦਿੱਤਾ ਹੋਇਆ ਅੱਜ ਦੇ ਛਿੰਝ ਮੇਲੇ ਲਈ ਲੱਗਾ ਹੋਇਆ, ਬਹੁਤ ਵੱਡਾ ਧੰਨਵਾਦ ਇਹਨਾਂ ਸਾਰੀਆਂ ਸ਼ਹੀਦਾਂ ਦਾ ਜਿਹਨਾਂ ਵੱਲੋਂ ਬਹੁਤ ਵੱਡੇ ਉਪਰਾਲੇ ਹੈ। ਸਿਰੇ ਦੀ ਕੁਸ਼ਤੀ ਹੈ ਕਿ ਪੈਰਾਂ ਦੇ ਵਿੱਚ ਬਹਿ ਕੇ ਹੀ ਗੁਣ ਲੈਣਾ ਪੈਂਦਾ ਹੈ, ਜਿੰਨੇ ਮਰਜ਼ੀ ਉੱਚੇ ਹੋ ਜਾਓ ਔਰ ਨੀਵੇਂ ਰਹਿਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਸਾਰੇ ਛੱਡ ਸਵਾਦਾਂ ਨੂੰ। ਅੱਜ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਤ ਉਸਤਾਦਾਂ ਨੂੰ, ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮਤ ਉਸਤਾਦਾਂ ਨੂੰ, ਕਿਉਂਕਿ ਕਰਨ ਦੀ ਸਿਆ ਅੱਜ ਕਿਸਮਤ ਨੂੰ ਲੱਗੇ ਜਿੰਦੇ ਹੈ, ਮਿਹਨਤ ਕਰਕੇ ਖੋਲਾਂਗੇ, ਸਾਡੀ ਚੁੱਪ ਹੀ ਚੁੱਪ ਕਰਾਊਗੀ, ਤੂੰ ਟਾਈਮ ਆਉਂਦੇ ਬੋਲਾਂਗੇ, ਆਹ ਸਾਡੀ ਚੁੱਪ ਹੀ ਚੁੱਪ ਕਰਾਊਗੀ ਤੇ ਟਾਈਮ ਆਉਂਦੇ ਬੋਲਾਂਗੇ। ਆਹ ਕਹਿੰਦੇ ਟਾਈਮ ਤੇ ਹਰ ਕਿਤਾ ਆਉਂਦਾ, ਟਾਈਮ ਲੱਗਦਾ ਜ਼ਰੂਰ ਹੈ, ਬਾਬਾ ਨਾਨਕ ਕਰੂ ਕਿਰਪਾ, ਆਹ ਗੱਲਾਂ ਲੱਗਣੀਆਂ ਟਿਕਾਣੇ ਤੇ। ਆਹ ਇੱਧਰ ਦੇਖਾਂਗੇ ਐਨ ਕਹਿੰਦੇ ਚੋਟੀ ਦੀ ਕੁਸ਼ਤੀ, ਕਿ ਮਰ ਜਾਂਦਾ ਉਹ ਵੀ ਜਿਹੜਾ ਮੰਗਣੇ ਦਾ ਸੋਚ ਲੈਂਦਾ, ਮੰਗਣਾ ਨਾ ਪਵੇ ਕਿਸੇ ਬਾਪ ਨੂੰ ਉਧਾਰ ਦੀ, ਚੜ ਜੜ ਗੁੱਡੀਆਂ ਤੇ ਗੱਲਾਂ ਹੋਰ ਉੱਡੀਆਂ, ਜੋੜ ਦੀਆਂ ਛੁੱਟੀਆਂ ਦਾ ਵੱਖਰਾ ਨਜ਼ਾਰ ਦੀ, ਕਿ ਦੇਵੇ ਨਾ ਗਰੀਬੀ ਤੇ ਬਿਮਾਰੀ ਰੱਬ ਕਿਸੇ ਨੂੰ ਵੀ, ਵੈਰੀ ਨੂੰ ਨਾ ਮਾਰਿਓ ਮੁਕੱਦਮੇ ਦੀ ਮਾਰ ਦੀ, ਛਾਤੀ ਵੱਲ ਡਿੱਗਦਾ ਆਣ ਕੇ ਜ਼ਮੀਨ ਉੱਤੇ, ਭਿੰਦਰਾ ਜੋ ਕਰੇ ਉੱਚਾ ਹੋਣ ਦਾ ਹੰਕਾਰ ਜੀ, ਭਿੰਦਰਾ ਜੋ ਕਰੇ ਉੱਚਾ ਹੋਣ ਦਾ ਹੰਕਾਰ ਜੀ। ਲੈ ਵੀ ਬਿੱਟੂ ਸਿਆ 5-55 ਹੋ ਗਿਆ, ਸਰਦਾਰ ਗੁਰਨੇਕ ਸਿੰਘ ਜੀ ਨੇਕਾ ਚੂਕੇ ਕਮੇਟੀ ਮੈਂਬਰ ਨੇ ਸਾਡੇ, ਉਹ ਕਹਿੰਦੇ 5,000 ਸਾਡੇ ਵੱਲੋਂ ਹੋਰ ਪਾ ਦਿਓ। ਲਓ 1,50,000 ਤੋਂ ਡੰਡਾ ਟੱਪ ਗਿਆ, ਤਾੜੀ ਮਾਰ ਦਿਓ ਪ੍ਰਬੰਧਕਾਂ ਦੇ ਲਈ, ਆਹ ਮਾਣ ਵੱਡਾ ਦਿੰਦਾ, ਦੁਨੀਆਂ ਦੇ ਵੱਡੇ ਮੱਲ ਪੜਦੇ ਨੇ ਤੋ, ਐਨ ਸਿਰੇ ਦਾ ਕੰਮ ਹੈ। ਇੱਧਰ ਗੋਰਾ ਪਲਪੋਤਾ ਜੀ ਖੜੇ ਆ, ਕਹਿਣ ਸਿਰੇ ਦੇ ਉਸਤਾਦਾਂ ਚ ਨਾਮਾਂ ਦਾ, ਕੰਮ ਥੁੱਕ ਕੇ ਚੱਟਣਾ ਲੀਨਾਂ ਦਾ ਸੀ, ਬੋਲੇ ਬੋਲ ਮਕਾਈ ਦੇ, ਗੱਲ ਪੱਲੇ ਬੰਨ ਕੇ ਰੱਖ ਸਕਣਾ, ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈਦੇ, ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈਦੇ। ਆਹ ਇੱਧਰ 55,000 ਸਾਡੇ ਆਹ ਗਲਤ ਟਿਕਾਣੇ ਤੇ ਲੱਗ ਰਹੀ ਹੈ, ਬੁਲਟ ਮੋਟਰਸਾਈਕਲ, ਜੀਤਾ ਸੰਧੂ, ਤਿੰਦਾ ਸੰਧੂ, USA ਵਾਲਾ
ਤੇ ਨਾਲ ਸਾਡੇ ਬੱਗੋ ਯੂਕੇ, ਦੀਪਾ ਯੂਕੇ, ਬਲਹਾਰ ਸਿੰਘ ਯੂਐਸਏ, ਸੁਖਾ ਘੁੰਮਣ ਯੂਐਸਏ ਤੇ ਪ੍ਰਦੀਪ ਸਿੰਘ ਦੀਪਾ ਢੇਸੀ ਸਾਡਾ ਵੀਰ ਹੈ ਯੂਐਸਏ ਵਾਲਾ, ਜਿਹਨਾਂ ਵੱਲੋਂ ਦੋ ਮੋਟਰਸਾਈਕਲ ਆ ਆਹ ਪਟਕੇ ਦੇ ਕੁਸ਼ਤੀ ਦੇ ਮੱਲਾ ਰੋ। ਇੱਧਰ ਤਾਏਵਾਲਿਆਂ ਸਿੰਘ ਕਾਕਾ ਢਿੱਲੋਂ ਉਸ ਭਰਾ ਦਾ ਵੀ ਕਹਿੰਦੇ ਬਹੁਤ ਬੜਾ ਰੋਲ ਹੈ, ਬਹੁਤ ਬਹੁਤ ਧੰਨਵਾਦ ਹੈ ਤੇਜਿੰਦਰ ਸਿੰਘ ਕਾਕਾ ਢਿੱਲੋਂ ਜੀ। ਇਧਰਲੇ ਪਾਸੇ ਸਿਰਾ ਕੁਸ਼ਤੀ ਚੱਲ ਰਹੀ ਹੈ ਜੀਤਾ ਸੰਧੂ ਤਿੰਦਾ ਸੰਧੂ ਯੂਐਸਏ, ਉੱਥੇ ਪ੍ਰਦੀਪ ਸਿੰਘ ਜੀ ਦੀਪਾ ਢੇਸੀ ਬਲਿਹਾਰ ਸਿੰਘ ਜੀ ਯੂਐਸਏ ਸੁੱਖਾ ਘੁੰਮਣ ਜੀ ਉਹਨਾਂ ਦਾ, ਸਰਦਾਰ ਗੁਰਨੇਕ ਸਿੰਘ ਜੀ ਨੇਕਾ ਤੇ ਨਾਲ ਨਰਿੰਦਰ ਪ੍ਰਧਾਨ ਜੀ ਉਹਨਾਂ ਵੱਲੋਂ ਇਹ 55,000 ਦੀ ਰਾਸ਼ੀ ਦਿੱਤੀ। ਨਰਜਾ ਐਲਾਨ ਤੇ ਪ੍ਰਿਤਪਾਲ ਫਗਵਾੜੇ ਦੀ ਆਹ ਕੁਸ਼ਤੀ ਵੀ ਕਹਿੰਦੇ ਕਾਟੇਦਾਰ ਹੈ, ਇਹਦੇ ਕਾਲੇ ਭਾਜਪੜੀ ਵੀ ਆਏ ਨੇ, ਵੱਡੇ ਸਤਿਕਾਰ ਲੈ ਕੇ ਬਹੁਤ ਬਹੁਤ ਧੰਨਵਾਦ ਬਾਬਾ ਚਿੰਤਾ ਭਗਤ ਜੀ, ਬਾਬਾ ਅਮੀ ਚੰਦ ਜੀ ਕਰਨਗੇ ਕਿਰਪਾ ਸਾਰਿਆਂ ਤੇ। ਲਓ ਇੱਧਰ ਕੁਸ਼ਤੀ ਵੀ ਕਹਿੰਦੇ ਸਿਰੇ ਦੀ ਆ ਲੈ ਗਏ ਪ੍ਰਿਤਪਾਲ ਤੇ ਮਿਰਜ਼ਾ ਲਾ ਦੇ ਕੋ ਤਾਪ ਵਿੱਚ, ਕਿਉਂਕਿ ਗੱਲ ਗੱਲ ਉੱਤੇ ਮਾੜਾ ਕਹਿਣਾ ਦਸਤੂਰ ਹੋ ਗਿਆ ਲੋਕਾਂ ਦਾ, ਕਿਸੇ ਬੰਦੇ ਦਾ ਖੂਹ ਚੂਸਣਾ ਕਦੇ ਕੰਮ ਹੁੰਦਾ ਸੀ ਚੋਕਾਂ ਦਾ, ਤੂੰ ਬਚ ਕੇ ਰਿਹਾ ਕਿ ਜੀਤਿਆ, ਔਰ ਲੋਕੀ ਨਾ ਚੰਗੇ ਨੇ ਔਰ ਕਹਿੰਦੇ ਆਰੀ ਨੂੰ ਇੱਕ ਪਾਸੇ ਤੇ ਦੁਨੀਆਂ ਨੂੰ ਦੋਨੋਂ ਪਾਸੇ ਦਿੰਦੇ ਨੇ, ਇੱਕ ਪਾਸੇ ਦੁਨੀਆਂ ਨੂੰ ਦੋਨੋਂ ਪਾਸੇ ਦਿੰਦੇ ਨੇ। ਇਧਰਲੇ ਪਾਸੇ ਸਾਡੇ ਭਰਾ ਕਹਿੰਦੇ ਆ ਜੀਤਾ ਸੰਧੂ ਤਿੰਦਾ ਸੰਧੂ, ਉਧਰਲੇ ਪਾਸੇ ਬੱਗੋ ਜੂਕੇ ਦੀਪਾ ਜੂਕੇ ਪ੍ਰਦੀਪ ਸਿੰਘ ਜੀ ਦੀਪਾ ਢੇਸੀ ਤੇ ਬਲਿਹਾਰ ਸਿੰਘ ਜੀ ਯੂਐਸਏ ਸੁੱਖਾ ਘੁੰਮਣ ਜੀ ਕਹਿੰਦੇ ਆ, ਸਰਦਾਰ ਨਰਿੰਦਰ ਸਿੰਘ ਜੀ ਕਰਨੈਕ ਸਿੰਘ ਜੀ ਨੇਕਾ ਜੀ ਕਹਿੰਦੇ ਆ ਵੀ 10,000 ਹੋਰ ਪਾ ਦਿਓ, ਆ 65,000 ਕਰ ਦਿੰਦਾ ਜਿੱਤਣ ਵਾਲੇ ਵੱਲ ਨੂੰ, ਮੱਲਾਂ ਨੂੰ ਬੇਨਤੀ ਆ ਵੀ ਮਾਰੋ ਦਾ ਪੇਜ ਆਹ 1,00,000 ਤੋਂ 1,25,000 ਤੱਕ ਗੱਲ ਪੁੱਜ ਗਈ ਆ, 1,25,000 ਤੱਕ ਗੱਲ ਪੁੱਜ ਗਈ ਹੈ। ਰਬਰ ਜੀ ਸੰਗਤ ਕੁਸ਼ਤੀ ਜਿੱਤਿਆ ਵੀ ਆਰ ਪਰ ਪ੍ਰਧਾਨ ਜੀ ਕੁਸ਼ਤੀ ਆਰ ਪਰ ਦੇਖਣਾ ਚਾਹੁੰਦੇ ਹੈ, ਕਹਿੰਦੇ ਕੁਸ਼ਤੀ ਆਰ ਪਰ ਹੋਣੀ ਚਾਹੀਦੀ ਹੈ, ਆਹ ਕਹਿੰਦੇ ਦਿੱਤਾ ਹੈ ਟਾਈਮ, ਮੈਂ ਲੱਗਦਾ 15 ਮਿੰਟ ਹੋ ਚੱਲੇ ਕੁਛ ਸਾਹਿਬ, 20 ਮਿੰਟ ਦਾ ਟਾਈਮ ਦਿੱਤਾ ਸੀਗਾ ਪਹਿਲਾਂ ਆਪਾਂ, 2 ਮਿੰਟ ਬਾਕੀ, 18 ਮਿੰਟ ਹੋ ਚੁੱਕੇ ਨੇ, 18 ਮਿੰਟ ਪੰਮੇ ਬਾਜੀ ਜਿੱਤਿਆ ਬਈ ਹੋ ਗਏ ਨੇ। ਔਰ ਰਾਜੇ ਹਿਰੋਣੀ ਯਾਰ ਨੇ ਸਾਡੇ ਮਾਨ ਨੇ ਨਾਲ ਕਾਕੇ ਦੀ ਰੋਣੀ ਸੁੱਕੇ ਹੋਣੀ ਹਰੀ ਮਠੱਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਮਾਨੀ ਮਠੱਡਾ ਜੀ ਇਸ ਇਲਾਕੇ ਦੇ ਸਤਿਕਾਰਯੋਗ ਵੀਰ ਨੇ ਉਹਨਾਂ ਵੀ ਬਹੁਤ ਬਹੁਤ ਧੰਨਵਾਦ। ਕਹਿੰਦਾ ਵੀ ਆਪਾਂ ਕੁਸ਼ਤੀ ਜਿਹੜੀ ਐਨ ਤੇਜ਼ ਕਰੀਏ, ਮੱਲਾਂ ਨੂੰ ਬੇਨਤੀ ਹੈ ਮਾਰੋ ਦਾਪੇ ਚ, ਤੇ ਥੱਕ ਟੁੱਟ ਕੇ ਯਾਦ ਜ਼ਮੀਰ ਆਉਂਦੀ ਤੇ ਸਦਾ ਵਕਤ ਹੁੰਦਾ ਹੈ ਉਡਾਣ ਦਾ ਵੀ, ਹਰ ਜਗ੍ਹਾ ਨੀ ਵੱਡੇ ਨੋਟ ਚੱਲਦੇ ਕਿਤੇ ਸਮਾਂ ਹੁੰਦਾ ਭਾਣ ਦਾ ਵੀ, ਸਦਾ ਟਾਂਗ ਤੇ ਡੇਰਾ ਨਾ ਰਹੇ ਸੰਧੂ ਤਿਆਂਤ ਹੁੰਦਾ ਕਿਤੇ ਕਮਾਣ ਦਾ ਵੀ, ਹਰ ਥਾਂ ਨੀ ਭਰੇ ਪਰ ਨੋਟ ਜਾਂਦੇ ਤੇ ਕਿਤੇ ਮੁੱਲ ਹੁੰਦਾ ਹੈ ਜਵਾਨ ਦਾ ਵੀ। ਇਧਰਲੇ ਪਾਸੇ ਪ੍ਰਿਤਪਾਲ ਬਲਵੰਤ ਜੀ ਫਗਵਾੜਾ ਤੇ ਦੂਸਰੇ ਪਾਸੇ ਮਿਰਜ਼ਾ ਬਲਵੰਤ ਜੀ ਰਾਨ, ਦੋ ਮੋਟਰਸਾਈਕਲਾਂ ਦੀ ਕਹਿੰਦੇ ਜਿੱਤ ਹਾਰ ਦੀ ਕੁਸ਼ਤੀ ਚੱਲ ਰਹੀ ਹੈ, ਦੋਨੋਂ ਭਲਵਾਨ ਥੱਲੇ ਨੀ ਡਿੱਗ ਰਹੇ, ਦੋਨੋਂ ਭਲਵਾਨ ਖੜੇ ਹੀ ਹੈ, ਜਿਵੇਂ ਪੰਜਾਬੀ ਫਿਲਮਾਂ ਚ ਸੰਗਤ ਦੇਖਦੀ ਹੁੰਦੀ ਹੈ ਬਈ ਛੋਗਰਾਜ ਤੇ ਗੁੱਗੂ ਕੇਲਾ ਖੜੇ ਹੀ ਲੜਦੇ ਰਹਿੰਦੇ ਗੋਰੇ ਦੀ, ਨਾ ਆਹ ਵੀ ਓਦਾਂ ਦੀ ਟੱਕਰ ਹੈ, ਇੱਕੋ ਨੇ ਕੱਦ ਕਾਠ ਹੈ, ਇੱਕੋ ਨੇ ਸਰੀਰ ਹੈ, ਮਾਰੀਆਂ ਮਿਹਨਤ ਹੈ ਚੰਗੇ ਉਸਤਾਦਾਂ ਦੇ, ਆਹ ਕਹਿੰਦੇ ਤਰਾਸ਼ੇ ਦੇ ਨੌਜਵਾਨ ਇਸ ਵੇ ਵੀਰ ਪਾਤਸ਼ਾਹ ਦੇ ਖਾੜੇ ਵਿੱਚ ਕਿ ਚੰਗੇ ਉਸਤਾਦ ਦੇ ਚੰਡੇ ਪੰਨਿਆਂ ਸੌਖੇ ਢਹਿੰਦੇ ਨਾ, ਆ ਸਿੰਘ ਰਾਜ ਤੇ ਸ਼ੇਰ ਕਦੇ ਗੁਲਾਮੀ ਸਹਿੰਦੇ ਨਾ। ਜਨਵਰੀ ਮਹੀਨੇ 2025 ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਲਾਹੌਰ ਪ੍ਰਤਾਪ ਵਿੱਚ ਕਰਵਾਉਣਾ, ਰੇਸ਼ਮ ਲਾਖਾ ਆਸਟ੍ਰੇਲੀਆ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਨ ਦੀ ਸਾਹਮਣੇ, ਫੇਰ ਕੁਸ਼ਤੀ ਸ਼ੁਰੂ, ਤਾੜੀ ਮਾਰਦੇ ਦੋਨਾਂ ਭਲਵਾਨਾਂ ਦੇ ਲਈ, ਸਾਹਮਣੇ ਦੇਖਾਂਗੇ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ
ਮਿਰਜ਼ਾ ਰਾਨ 5 ਮਿੰਟ ਦਾ ਟਾਈਮ ਦਿੱਤਾ ਗਿਆ। ਗੀਤਾ ਸੰਧੂ, ਤਿੰਦਾ ਸੰਧੂ USA, ਇਹ ਬਾਬੇ ਚਿੰਤਗਿਆਂ ਦਾ ਪਰਿਵਾਰ ਹੈ। ਬੱਗੋ ਜੂਗੇ, ਦੀਪਾ ਜੂਗੇ, ਇਹ ਵੀ ਬਾਬੇ ਚਿੰਤਗਿਆਂ ਦਾ ਪਰਿਵਾਰ ਹੈ। ਉੱਥੇ ਧੰਨਵਾਦ ਪ੍ਰਦੀਪ ਸਿੰਘ ਜੀ, ਦੀਪਾ ਢੇਸੀ, ਉੱਥੇ ਜਸਵੰਤ ਸਿੰਘ ਜੀ ਢੇਸੀ ਉਹਨਾਂ ਦਾ, ਬਲਿਹਾਰ ਸਿੰਘ ਜੀ ਇੱਧਰ ਹੁੱਲੇ ਹੁਲਾਰੇ, ਉੱਧਰ ਸਾਡੇ ਗੁਰਵਿੰਦਰ ਰੰਧਾਵਾ ਮਨੀਲਾ ਤੇ ਨਾਲ ਰਵਿੰਦਰ ਰੰਧਾਵਾ ਮਨੀਲਾ, ਦਿਆਲ ਸ਼ਾਹ ਜੀ ਵਡਾਲਾ ਕਲਾ ਵਾਲੇ, ਸ਼ਸ਼ੀ ਪਾਲ ਸਰਪੰਚ ਜੀ ਕਹਿੰਦੇ ਨਵੰਬਰ ਮਹੀਨੇ ਵਡਾਲੇ ਦੇ ਕੱਪ ਤੇ ਟਿੱਪੇ ਵਾਲੇ ਸੋਢੀ ਦਾ ਤੇ ਬਿਹਾਰੀ ਪ੍ਰਿਯ ਬਿੱਟੂ ਦਾ ਸੋਰੇ ਦੀਆਂ ਮੁੰਦੀਆਂ ਦਾ ਮਾਣ ਕਰਨਾ। ਬਹੁਤ ਬਹੁਤ ਧੰਨਵਾਦ ਸਾਡੇ ਦਿਆਲ ਸ਼ਾਹ ਜੀ ਵਡਾਲਾ ਤੇ ਗੁਰਵਿੰਦਰ ਰੰਧਾਵਾ, ਰਵਿੰਦਰ ਰੰਧਾਵਾ ਤੇ ਸ਼ਸ਼ੀ ਪਾਲ ਸਰਪੰਚ ਉਹਨਾਂ ਦਾ ਵੱਡੇ ਮਾਣ। ਪਰ ਅੱਜ ਪ੍ਰਿਤਪਾਲ ਫਗਵਾੜਾ ਤੇ ਮਿਰਜ਼ੇ ਰਾਨ ਦੀ ਟੱਕਰ ਦੁਨੀਆਂ ਤੇ ਸਵਾਦ ਭਾਲਦੀ ਹੈ। ਯੋ ਰਗਾ ਹਮਲਾ ਦਾ, ਯੋ ਰਗਾ ਮੱਲਾ ਦਾ, ਅੱਗੇ ਦੇ ਵੱਡਾ ਭਰਾ ਹੈ ਹਰਜੀਤ ਗਿੱਲ, ਅਮਰੀਕਾ ਵਾਲਾ ਹੈ, ਰਾਜੀਪੁਰ ਦੇ ਲਾਗੇ ਹਿੱਸੇ ਵਾਲ ਪਿੰਡ ਜੱਟਦਾ ਹੈ, ਤੇ ਉਹਦੇ ਪੁੱਤ ਅਰੁਣ ਗਿੱਲ, ਨਵਜੋਤ ਗਿੱਲ ਹੁੰਦਾ ਹੈ। ਧੰਨਵਾਦ ਜੱਟ ਹਿੰਦਾ ਜਰਮਨੀ ਵਾਲਾ ਆਨੰਦ ਮਾਰ ਰਿਹਾ ਹਰਜੀਤ ਗਿੱਲ ਵੀ, ਇੱਕ ਪ੍ਰਿਤਪਾਲ ਫਗਵਾੜੇ ਦੀ ਤੇ ਕਹਿੰਦੇ ਮਿਰਜ਼ੇ ਰਾਨ ਦੀ ਟੱਕਰ ਆ। ਬੁਲਟਾਂ ਦੇ ਫੈਸਲੇ ਤੇ 55,000 ਵੱਖਰਾ ਦੇਣਾ ਹੈ, ਆਹ ਕਿਹੜੇ ਵੱਖਰਾ ਦੇਣਾ ਜੀਤੇ ਲਾਲ ਜਾਮਣੇ ਬਿੱਟੂ। ਜਿੱਤੇ ਹੋਏ ਟਾਈਮ ਦੇ ਵਿੱਚ ਜੇ ਕੁਸ਼ਤੀ ਨਹੀਂ ਆਰ ਪਾਰ ਹੁੰਦੀ ਤੇ ਸਾਡੇ ਭਰਾ ਜਿਹੜੇ ਕਹਿੰਦੇ ਜੀਤਾ ਸੰਧੂ, ਤਿੰਦਾ ਸੰਧੂ USA, ਉੱਥੇ ਬੱਗੋ ਜੂਕੇ, ਦੀਪਾ ਜੂਕੇ, ਪ੍ਰਦੀਪ ਸਿੰਘ ਜੀ, ਦੀਪਾ ਢੇਸੀ, ਬਲਿਆਰ ਸਿੰਘ ਜੀ, ਸੁੱਖਾ USA, ਸੁੱਖਾ ਘੁੰਮਣ ਜੀ ਹੁਣਾਂ ਦੇ ਵੱਲੋਂ, ਇਹ ਕਹਿੰਦੇ ਵੀ ਜਿਹੜੀ 65,000 ਦੀ ਰਾਸ਼ੀ ਲੱਗੀ ਹੈ ਇਹ ਅਸੀਂ ਆਪਣੇ ਹਿਸਾਬ ਦੇ ਨਾਲ ਮਾਇਆ ਦੀ ਰਾਸ਼ੀ ਦੇਵਾਂਗੇ। ਮਿਰਜ਼ੇ ਨੇ ਹੱਥ ਪਾ ਲਵੇ, ਪ੍ਰਿਤਪਾਲ ਨੇ ਝਗੜਾ ਕਮਰੇ ਮੇਲਾ ਗੂੰਜ ਉੱਠਿਆ, ਉਹ ਮੇਲਾ ਗੂੰਜ ਉੱਠਿਆ। ਧੰਨਵਾਦ ਪ੍ਰਿਤਪਾਲ ਫਗਵਾੜਾ, ਮਿਰਜ਼ੇ ਰਾਨ ਦੀ ਚੱਲਦੀ ਕੁਸ਼ਤੀ, ਹਰਜੀਤ ਗਿੱਲ ਅਮਰੀਕਾ, ਅਰੁਣ ਗਿੱਲ ਅਮਰੀਕਾ ਤੇ ਨਾਲ ਸਾਡੇ ਵੀਰ ਨੇ ਕਹਿੰਦਾ ਜੱਟ ਜਰਮਨੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਨੰਦ ਮਾਰ ਰਹੇ ਨੇ ਅੱਜ ਦੇ ਵੱਡੇ ਮੇਲੇ ਦਾ, ਉਹ ਦੇਖਦੇ ਵੀ ਪ੍ਰਿਤਪਾਲ ਜਿੱਤੋ ਜਾਂ ਮਿਰਜ਼ਾ ਇਰਾਨ ਅੱਜ ਕਿਵੇਂ ਬਾਜੀ ਜਿੱਤਦਾ ਹੈ। ਲੱਗਾ ਯੋਰ ਦੋਨਾਂ ਭਲਵਾਨਾਂ ਦਾ ਹੈ, ਜਿਹਦੇ ਤਿਸ਼ਨਾ ਦੂਰ ਕਰਦੇ ਹੁਣ ਤਾਂ ਰਣਜੀਤ ਸਿੰਘ ਰਾਣਾ ਯੱਕੋ ਪ੍ਰਿਆ ਵੀ ਆਨੰਦ ਮਾਰ ਰਹੇ ਪਾਸੇ। ਜਿਹੜੇ ਦੋ ਮੋਟਰਸਾਈਕਲ ਨੇ ਜੀਤਾ ਸੰਧੂ, ਤਿੰਦਾ ਸੰਧੂ USA, ਸਨ ਆਫ ਅਮਨਜੀਤ ਸਿੰਘ ਜੀ ਸੰਧੂ, ਬੱਗੋ ਜੂਕੇ, ਦੀਪਾ ਜੂਕੇ, ਸਨ ਆਫ ਬਲਵੀਰ ਸਿੰਘ ਜੀ, ਪ੍ਰਦੀਪ ਸਿੰਘ ਜੀ, ਦੀਪਾ ਢੇਸੀ, ਸਨ ਆਫ ਜਸਵੰਤ ਸਿੰਘ ਜੀ ਢੇਸੀ, ਬਲਿਆਰ ਸਿੰਘ ਜੀ USA ਤੇ ਸੁੱਖਾ ਘੁੰਮਣ USA, ਇਹਨਾਂ ਭਰਾਵਾਂ ਵੱਲੋਂ ਦੋ ਮੋਟਰਸਾਈਕਲ ਹੈ। ਅੱਜ ਕਹਿੰਦੇ ਵੱਡਾ ਮਾਣ ਦੁਨੀਆਂ ਦੇ ਵੱਡੇ ਮੱਲ, ਲਾਸਟ ਮਿੰਟ ਬਾਕੀ ਰਹਿ ਗਿਆ, ਆਹ ਸਿਰੇ ਦੀ ਟੱਕਰ, ਸਿਰਾਓ ਗੱਭਰੂ ਹੈ, ਸਿਰਾਓ ਗੱਭਰੂ ਹੈ, ਆਹ ਸਿਰਾ ਗੱਭਰੂ ਹੈ। ਲੈ ਵੀ ਪ੍ਰਿਤਪਾਲ ਲਾ ਦੇ ਤਾਪੇ ਚ ਮਿਰਜ਼ੇ ਰਾਨ, ਹਰ ਤੇਰੀ ਵੀ ਦੁਨੀਆਂ ਦੀਵਾਨੀ ਹੈ, ਤੇਰੀ ਵੀ ਦੁਨੀਆਂ ਦੀਵਾਨੀ ਹੈ, ਕੁਸ਼ਤੀ ਤੈਨ ਟਿਕਾਣੇ ਦੀ, ਬੱਲਾ ਦੇ ਅੱਖਾਂ ਦੇ ਮਿੱਟੀ ਹੈ, ਆਹ ਕਿਹੜੇ ਪਸੀਨੇ ਨਾਲ ਭੱਜੇ ਹੋਏ ਗੱਭਰੂ। ਦਰਸ਼ਕੋ ਕਹਿਣਾ ਹੀ ਸੌਖਾ ਹੈ, ਇੰਨਾ ਟਾਈਮ ਅੱਗੇ ਖੜਨਾ ਭਲਵਾਨ ਦੇ, ਖਾਲਾ ਜੀ ਦਾ ਵਾਰਾ ਨਹੀਂ,
ਇਧਰ ਲਈ ਪਾਸੇ ਕੁਝ ਕੁ ਪਲ ਬਾਕੀ ਰਹਿ ਗਏ ਕੁਸ਼ਤੀ ਦੇ, ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦੋ। ਆ ਸਿਰੇ ਦੀ ਟੱਕਰ ਆ ਸਿਰਾ ਹੋਈ ਜਾਂਦਾ ਗੱਭਰੂ, ਆ ਸਿਰਾ ਹੋਈ ਜਾਂਦਾ। ਲੈ ਇਧਰ ਹੁਣ ਦੇ ਵੀ ਫਗਵਾੜੇ ਵਾਲਾ ਤੇ ਮਿਰਚਾ ਮਿਰਚਾ ਕਿੱਥੇ ਮੰਗਦਾ ਤੇ ਪ੍ਰਿਤਪਾਲ ਕਹਿੰਦਾ ਆ ਮੁੰਡੇ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ। ਜੱਜ ਮੋਹਰੇ ਮੁਕਰੀ ਨਾ ਆ ਗੱਲਾਂ ਟਿਕਾਣੇ ਨਹੀਂ ਹੈ। ਆ ਸੰਗਤ ਇਹ ਕੁਸ਼ਤੀ ਦਾ ਫਾਈਨਲ ਰਿਜ਼ਲਟ ਦੇਖਣ ਦੇ ਵਾਸਤੇ ਖੜੀ ਹੈ ਬਾਬੇ ਚਿੰਤਾ ਭਗਤ ਦੇ ਸਥਾਨ ਤੇ। ਜੋਰਦਾਰ ਸਾਡੇ ਪ੍ਰਬੰਧਕਾਂ ਦੇ ਵੱਲੋਂ ਵੱਡਾ ਮਾਣ ਦਿੱਤਾ ਗਿਆ। ਕੁਸ਼ਤੀ ਜਿਹੜੀ ਬਰਾਬਰ ਛਡਵਾਈ ਗਈ ਮਿਰਜ਼ਾ ਰਾਣ ਤੇ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ, 27-28 ਮਿੰਟ ਜਿਹੜੀ ਕੁਸ਼ਤੀ ਹੋਈ ਹੈ ਦੋਨਾਂ ਭਰਾਵਾਂ ਦੀ ਮੇਲੇ ਨਹੀਂ ਤੇ ਦੋਨੇ ਭਰਾਵਾਂ ਬਰਾਬਰੀ ਤੇ ਛਡਾਏ ਗਏ।